ਅੱਜ ਅਸੀਂ ਧਾਰੀਵਾਲ ਮੰਡੀ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਟਰੱਕ ਵੀ ਲੋਟ ਹੋਣ ਡੇ ਆ, ਢੇਰੀਆਂ ਦੇ ਕੋਲ ਕਿਸਾਨ ਵੀ ਖਲੋਤੇ ਆ, ਇਹਨਾਂ ਦੀ ਸਾਰੀ ਪਰੇਸ਼ਾਨੀ ਜਾਣਦੇ ਹਾਂ। ਕੋਈ ਪਰੇਸ਼ਾਨੀ ਹੈ ਤੁਹਾਨੂੰ ਕਿ ਜਾਂ ਨਹੀਂ ਕੋਈ ਪਰੇਸ਼ਾਨੀ? ਆਓ ਚਲੀਏ ਨਾਲ ਗੱਲਬਾਤ ਕਰਦੇ ਹਾਂ। ਹਲੋ ਭਾਈ ਜੀ, ਇਹ ਢੇਰੀ ਕਿਹੜੀ ਤੁਹਾਡੀ? ਅੱਛਾ, ਇਹ ਕਦੋਂ ਦੇ ਆਏ ਜੀ? ਇੱਕ ਪਰਸੋਂ ਦੇ ਆਏ। ਹਾਂਜੀ, ਪਰਸੋਂ ਦੇ। ਕਿਉਂ? ਇਹ ਕੱਲ੍ਹ ਦੇ ਆਏ ਤੇ ਅੱਜ ਵੀ ਤੇ ਤੁਲੀ ਨਹੀਂ ਗਈ। ਤੁਲੀ ਕਿਉਂ ਨਹੀਂ? ਭਾਅ ਨਹੀਂ ਲਾਉਣ ਡਿਆ, ਕੋਈ ਚੁੱਕ ਲੈਣ ਹੀ ਨਹੀਂ ਆਉਂਦਾ। ਤੇ ਕੀ ਭਾਅ ਲਾਉਂਦੇ ਆ? ਜੇ ਲਾਉਂਦੇ ਵੀ ਆ ਤੇ ਕੀ ਲਾਉਂਦੇ ਆ? ਇਹ ਮੈਨੂੰ ਨਹੀਂ ਦੇਖ, ਵੱਟਾ ਲਾਉਂਦੇ ਆ। ਵੱਟਾ ਕਿੰਨਾ ਲੱਗਦਾ? ਇਹ ਜੇ ਨੰਬਰਾਂ ਦੇ ਹਿਸਾਬ ਨਾਲ ਲਾਉਂਦੇ ਆ ਤੇ ਫਿਰ ਮੁਕਚਰ ਕੱਢ ਕੇ ਇਹ 25 ਰੁਪਈਏ ਲੈਂਦੇ ਆ। ਪਤਾ ਨੀ ਹੁਣ ਇਹਨਾਂ ਨੇ ਪੂਰਾ ਨੀ ਨਾ ਲਾਉਣ ਡੇ। ਅੱਛਾ, 2100 ਵੀ ਕੱਢਦੇ ਆ ਮੌਚਰ ਕੱਢ ਕੇ? ਅੱਛਾ, ਉਹ ਕੀ ਲਾਉਂਦੇ ਆ? 20 ਰੁਪਏ ਪਵਾਉਂਦੇ ਕਰਦੇ। 20 ਰੁਪਏ ਪਾਉਂਦੇ? ਹਾਂਜੀ, 25 ਜੇ। ਅੱਛਾ ਹਾਂਜੀ, ਤੇ ਚੁੱਕਦੇ ਵੀ ਨਹੀਂ ਕਿੱਦਣ ਦੇ ਇੱਥੇ ਖੜੇ ਲੋਕ? ਕੱਲ੍ਹ ਦੁਪਹਿਰ ਦੇ ਆਏ ਆ ਤੇ ਟਰੱਕ ਲੋਟ ਹੋਣ ਡੇ, ਇਹਨਾਂ ਨਾਲ ਗੱਲਬਾਤ ਕਰਨੇ ਆ। ਉਹ ਅਗਲੀ ਮੰਡੀ 'ਚ ਹੋਰ ਵੇਖਦੇ ਆ ਜਾ ਕੇ। ਆਜੋ ਤੇਰੇ, ਆ ਇੱਕ ਟਰੱਕ ਲੋਟ ਹੋਣ ਡਿਆ, ਇਹਨਾਂ ਨਾਲ ਗੱਲਬਾਤ ਕਰਦੇ ਆ, ਪ੍ਰਾਈਵੇਟ ਆ ਜਾਂ ਸਰਕਾਰੀ ਆ? ਆਓ ਅਗਲੇ ਬੰਨੇ ਸਾਹਿਬ ਆਦਰ ਅਮਰੀ ਗੱਲ ਕਰੋ। ਇਹ ਟਰੱਕ ਲੋਟ ਰਿਹਾ, ਸਰਕਾਰੀ ਆ ਕਿ ਜਾਂ ਪ੍ਰਾਈਵੇਟ? ਹੋਰ ਕਿਹਨਾ ਗੱਲ ਬਾਤ ਕਰਦੇ ਆ, ਹੋਰ ਲੱਭ। ਆਜੋ ਅਗਲੇ ਬੰਦਿਆਂ ਦਾ। ਸਾਡੀ ਉਹ ਮੇਰੇ ਆ, ਉਹ ਢੇਰੀ ਦੇ ਵੇਖ ਲੋ, 24 ਮਾਰਚ ਆਉਣ ਡੇ, ਉੱਥੇ 21-22 ਆਈ ਆ, 2-2.5 ਵੱਧ ਲਿਖਣ ਡੇ ਆ। ਵੇਖੋ, ਮਾਰਚ ਘੱਟ ਵੀ ਆਉਂਦੀ ਆ ਤੇ ਧੱਕਾ ਲੋਕਾਂ ਦਾ ਹੋ ਜਾਂਦਾ, ਉਹ ਤੋਂ ਵੱਧ ਲਿਖਣ ਡੇ ਆ। ਪਰੇਸ਼ਾਨੀ ਹੁਣ ਪੱਖਾ ਪੁੱਖਾ ਲੱਗੇ ਤੁਲ ਜੇ ਤੇ ਫਿਰ ਅਸੀਂ ਘਰ ਨੂੰ ਜਾਈਏ, ਅਸੀਂ ਇੱਥੇ ਵਿਹਲੇ ਕੀ ਕਰਨਾ? ਨਹੀਂ, ਸਰਕਾਰੀ ਰੇਟ ਨਹੀਂ ਲੱਗਣ ਡਿਆ? ਨਹੀਂ ਲੱਗਣ ਡਿਆ। ਸਹੀ ਮਾਚਰ ਆਵੇ ਤਾਂ ਵੀ 2100 ਰੁਪਇਆ। ਆਓ ਅਗਲੇ ਬੰਨੇ ਹੋਰ ਵੇਖਦੇ ਆ ਕਿੱਦਾਂ ਮੰਡੀਆਂ ਦੇ ਵਿੱਚ ਕਿੱਦਾਂ ਰੋਲ ਪਿਆ ਮੰਡੀਆਂ ਦੇ ਵਿੱਚ, ਵੇਖੋ ਜਾ ਕੇ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਝੋਨਾ ਲੈ ਗਿਆ ਜੀ ਮੰਡੀ? ਨਹੀਂ ਜੀ, ਇਹਨਾਂ ਲਿਆਂਦਾ। ਕੋਸ਼ਿਸ਼ ਕਰ ਰਹੇ ਹਾਂ, ਫਸਲ 6 ਮਹੀਨੇ ਲਾਏ ਆ ਜੀ, ਤੇ ਇੰਨੀ ਮਿਹਨਤ ਕੀਤੀ ਆ ਤੇ ਮਿਹਨਤ ਤੋਂ ਬਿਨਾਂ ਜੇ ਹੁਣ ਅਸੀਂ ਇਹਨੂੰ ਏਦਾਂ ਸੁੱਟ ਕੇ ਕਿੱਦਾਂ ਚੱਲ ਜਾਈਏ? ਤੇ ਰੇਟ ਕੋਈ? ਰੇਟ ਕੁਛ ਨੀ, ਰੇਟ ਵੀ ਘੱਟ ਲਾ ਰਹੇ ਆ ਔਰ ਚੁੱਕਣ ਵੀ ਡੇ। ਇਹ ਪਤਾ ਨੀ ਕਿੱਥੇ ਜਾ ਰਹੇ ਜੀ, ਇਹ ਦੱਸ ਸਕਦੇ ਆ? ਵੇਚੀ ਜਾਂਦੇ ਆ। ਅੱਛਾ, ਆਪ ਨੂੰ ਕੋਈ ਪਤਾ ਲੱਗਣਾ ਵੀ ਕੀ ਬਣ ਡਿਆ? ਕੋਈ ਪਤਾ ਨੀ, 400 ਰੁਪਇਆ ਘਾਟਾ ਪਾਈ ਜਾਣ ਡੇ ਆ। ਵੇਖੋ ਜੀ, ਕੁਝ ਦੱਸ ਨੀ ਰਹੇ ਜੀ ਇੱਥੇ ਕੀ ਹੋ ਰਿਹਾ। ਵੇਖੋ ਜੀ, ਇਹਨਾਂ ਦਾ ਆਪਣਾ 2 ਟਰੱਕ ਚੱਲ ਗਏ ਆ, ਲੇਕਿਨ ਸਾਨੂੰ ਆਖਣ ਡੇ ਵੀ ਹੱਥ ਜੋੜ ਕੇ, ਨਹੀਂ ਤਾਂ ਮੰਡੀਆਂ ਵਾਲਿਆਂ ਨੇ ਨਹੀਂ ਲਿਆਓ ਝੋਨਾ, ਹੁਣ ਕਹਿੰਦੇ ਜੀ ਲਾਇਓ, ਅਸੀਂ ਹੱਥ ਜੋੜਨੇ ਤੁਹਾਡੇ ਅੱਗੇ ਲੈ ਜੀ ਸਕਣ। ਵੇਖੋ ਜੀ, ਮੰਡੀਆਂ ਵਾਲੇ ਜਿਹੜੇ ਕਹਿਣ ਡੇ ਨੇ ਹੱਥ ਜੋੜਨ ਡੇ ਵੀ ਤੁਸੀਂ ਝੋਨਾ ਲੈ ਜਾਓ, ਤਾਂ ਕਿ ਆਪਣਾ ਉਹਨਾਂ ਦੇ ਕੋਟੇ ਪੂਰੇ ਹੋ ਚੁੱਕੇ ਆ। ਹਾਂਜੀ, ਆ ਇੱਧਰ ਆ ਵੀ, ਆ ਵਿਖਾ ਵੀ ਜਵਾਨ। ਹਾਂ, ਆ ਦਾਣੇ ਵਿੱਚ ਛੋਨੇ ਲੱਗਿੰਦੇ ਰਹਿੰਦੇ ਆ, ਇਹਨੂੰ ਨੀ ਚੁੱਕਣ ਡੇ। ਆ ਦੇਖੋ, ਵਿਖਾਓ ਛੋਨੇ ਰੰਗੀ। ਆ ਵੇਖ ਵੇ, ਰੰਗ ਵੇਖ ਦਾਣਿਆਂ ਦਾ, ਦਾਣੇ ਦਾ ਰੰਗ ਵੇਖ, ਨਹੀਂ ਵੀ ਕੋਈ ਮਾਏ
लोटी चाहिए कोई धारीवाल की बहुत वड्डी मंडी है जिथे सारा तो पुछे आउंदे आ बहुत लुट मचे ने अज्ज चोरी साहब जी नहीं जी हां कौन जी तुसीं अहीं तो उत्थे दाणे लैके आए दाणे लैके आए तू किदा दाणे दा रेट लगंदे आ किदा दाणे दा कोई पुछणे आ कल परसों दे पए आ दाणे इत्थे कोई पुछण ही नहीं दिया सिद्धे मूं ਵੇਖੋ ਜੀ ਕੱਲ ਪਰਸੋਂ ਦੇ ਦੋ ਦੋ ਚਾਰ ਚਾਰ ਦਿਨ ਦੇ ਲੋਕ ਪਏ ਹੈ ਹਾਂਜੀ 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 ਕੋਈ ਪੁੱਛ ਗਿਛ ਨਹੀਂ ਕੋਈ ਅਜੇ ਪੁੱਛ ਗਿਆ ਜਾਂ ਪੱਖਾ ਵੀ ਧੱਕੇ ਨਾਲ ਹੁਣ ਲਵਾਇਆ ਇਹ ਜੀ ਹੜਤਾਲ ਚੱਲਣ ਦੀ ਹੈ ਇਹ ਹੜਤਾਲ ਕੌਣ ਕਹਿੰਦੇ ਦੁਕਾਨਦਾਰ ਕਹਿੰਦੇ ਨੀ ਦੁਕਾਨਦਾਰ ਕਹਿੰਦੇ ਆੜਤੀ ਆ ਦੁਕਾਨਦਾਰ ਵੀ ਆੜਤੀ ਨੇ ਪੁੱਛਦੇ ਹੜਤਾਲ ਇਹਨਾਂ ਦੀ ਕਾਹਦੀ ਚੱਲਣ ਦੀ ਆ ਅੱਛਾ ਅੱਛਾ ਗੱਲ ਇਹ ਆ ਵੀ ਆਹ ਮਜ਼ਦੂਰਾਂ ਦੇ ਨਾਲ ਵੀ ਆਪਾਂ ਗੱਲਬਾਤ ਕਰੀਏ ਜੇ ਕਿਸਾਨਾਂ ਦਾ ਝੋਨਾ ਚੁੱਕਿਆ ਜਾਊ ਤੇ ਤਾਂ ਹੀ ਇਹਨਾਂ ਨੂੰ ਕੋਈ ਰੋਟੀ ਮਿਲੂਗੀ ਮਾਦਾ ਕੀ ਕਰਦੇ ਤੁਸੀਂ ਕੋਈ ਕਿੱਦਾਂ ਵਾ ਕੰਮ ਕਾਰ ਹੈ ਨੀ ਆ ਵਿਹਲੇ ਬੈਠੇ ਨੇ ਆ ਕੋਈ ਦਿਹਾੜੀ ਨੀ ਕੋਈ ਲੈਣਾ ਨੀ ਦੇਣਾ ਨੀ ਜੇ ਜ਼ਿਮੀਦਾਰ ਵਿਹਲੇ ਦੇ ਤੁਸੀਂ ਵਿਹਲੇ ਜੀ ਅਸੀਂ ਵਿਹਲੇ ਹੀ ਆ ਜ਼ਿਮੀਦਾਰ ਦਾ ਨਾਂ ਵੀ ਸਭ ਤੁਸੀਂ ਹਾਂਜੀ ਵਿਹਲੇ ਹਾਂਜੀ ਜੇ ਜ਼ਿਮੀਦਾਰ ਦਾ ਕੰਮ ਚੱਲੂਗਾ ਤਾਂ ਤੁਹਾਡਾ ਚੱਲੂਗਾ ਫੇਰ ਹੀ ਚੱਲੇਗਾ ਸਾਡਾ ਵੀ ਵਾਹ ਸਾਰੇ ਬੈਠੇ ਨੇ ਨਹੀਂ ਤੇ ਇਹਨਾਂ ਦਾ ਅੱਜ ਕੱਲ ਕਿਤੇ ਆ ਕੇ ਸਾਹ ਨੀ ਮੁੜਦਾ ਹੁਣ ਆੜਤੀ ਵੀ ਕਿਤੇ ਲੱਭੀ ਆੜਤੀਆਂ ਨੂੰ ਵੇਖੇ ਠੀਕ ਆ ਜੀ ਅੱਛਾ ਕਿਵੇਂ ਆਏ ਤੁਸੀਂ ਦਾਣੇ ਲੈ ਕੇ ਦਾਣੇ ਲੈ ਕੇ ਚੁੱਲੇ ਦਾਣੇ ਨਹੀਂ ਜੀ ਟਰਾਲੀਆਂ ਹੀ ਖਲੋਤੀਆਂ ਉਹ ਮਗਰ ਲਾਵਾਂ ਹੁਣ ਨਹੀਂ ਡਏ ਅੱਛਾ ਹਾਂਜੀ ਹੜਤਾਲ ਵਾ ਇਹ ਹੜਤਾਲ ਕਹਦੀ ਹੈ ਜੀ ਪਤਾ ਨੀ ਉਹ ਕੋਈ ਇਹ ਆੜਤੀ ਦੱਸਣ ਡੇ ਸਾਡੀ ਹੜਤਾਲ ਵਾ ਨਹੀਂ ਆੜਤੀ ਕੋਈ ਮਿਲ ਨਹੀਂ ਡਿਆ ਮਿਲੀ ਕਿੱਥੋਂ ਆੜਤੀਆਂ ਨੂੰ ਪੁੱਛੇ ਹੜਤਾਲ ਆੜਤੀਆਂ ਦੀ ਕਹਦੀ ਆ ਹੜਤਾਲ ਹੜਤਾਲ ਹੁੰਦੀ ਆ ਜ਼ਿਮੀਦਾਰਾਂ ਦੀ ਅਰੇ ਆਂਡਿਆ ਸਾਡੀ ਆ ਆੜਤੀ ਆਖੰਡੇ ਸਾਡੀ ਹੜਤਾਲ ਅਰੇ ਆਂਡਿਆ ਸਾਡੀ ਆ ਆੜਤੀ ਆਖੰਡੇ ਸਾਡੀ ਹੜਤਾਲ ਇਹ ਕੋਈ ਸਮਝ ਨਹੀਂ ਆਈ ਵੀ ਹੜਤਾਲ ਕਹਦੀ ਆ ਮੈਂ ਨਹੀਂ ਸਾਨੂੰ ਨਹੀਂ ਕੋਈ ਆ ਤੂੰ ਸਾਈਡ ਤੇ ਹੋ ਗਿਆ ਤੂੰ ਵੀ ਦੱਸ ਹੜਤਾਲ ਹੈ ਕਹਦੀ ਆ ਜ਼ਿਮੀਦਾਰਾਂ ਦੀ ਉਹ ਜ਼ਿਮੀਦਾਰਾਂ ਕੀਤੀ ਆ ਗਾੜਦੀਆਂ ਕੀਤੀ ਆ ਮੈਨੂੰ ਨੀ ਇਹ ਗੱਲ ਦਾ ਇਹਨੂੰ ਨੀ ਪਤਾ ਇਹ ਗੱਲ ਦਾ ਹਾਂਜੀ ਆੜਤੀਆਂ ਕੀਤੀ ਆ ਜ਼ਿਮੀਦਾਰ ਤੇ ਸੜਕਾਂ ਤੇ ਬੈਠੇ ਵਿਚਾਰੇ ਜ਼ਿਮੀਦਾਰ ਸੜਕਾਂ ਤੇ ਬੈਠੇ ਆ ਉਹਦੇ ਜ਼ਿਮੀਦਾਰ ਜੀ ਸੜਕਾਂ ਤੇ ਬੈਠੇ ਆ ਇਹ ਆੜਤੀਆਂ ਦੀ ਹੜਤਾਲ ਆ ਹੁਣ ਆੜਤੀਆਂ ਨੂੰ ਮਿਲੋ ਆੜਤੀਆਂ ਕਿੱਥੇ ਕਿੱਥੇ ਮਿਲਦੇ ਕਿਤੇ ਕੋਈ ਚਲੋ ਆ ਵੇਖੀ ਹਾਂਜੀ ਇਹ ਡਰਾਈਵਰ ਜੀ ਨਹੀਂ ਹਾਂਜੀ ਹਾਂਜੀ ਇਹ ਝੋਨਾ ਕਿੱਥੇ ਜਾ ਰਿਹਾ ਇਹ ਧਰਮਕੋਟ ਧਰਮਕੋਟ ਪ੍ਰਾਈਵੇਟ ਆ ਸਰਕਾਰੀ ਸਰਕਾਰੀ ਆ ਝੋਨਾ ਸਰਕਾਰੀ ਹੈ ਆਹ ਝੋਨਾ ਸਰਕਾਰੀ ਆ ਪਰ ਮਿੱਲਾਂ ਵਾਲੇ ਆ ਜਿਹੜੇ ਆੜਤੀ ਇਹ ਭੇਜੀ ਜਾਂਦੇ ਆ ਤੇ ਫਿਰ ਗੱਲ ਸੋਚੋ ਝੋਨਾ ਸਰਕਾਰੀ ਸਰਕਾਰੀ 2320 ਰੁਪਏ ਆ ਇਹ 1819 ਨੂੰ ਚੁੱਕਿਆ ਕਿਦਾਂ ਇਹਨਾਂ ਨੂੰ ਪਤਾ ਨਾ ਚਾਹੀਦਾ ਆੜਤੀ ਨੂੰ ਪਤਾ ਨਾ ਚਾਹੀਦਾ ਸੈਲਰਾਂ ਨੂੰ ਪਤਾ ਨਾ ਚਾਹੀਦਾ ਵੇਖੋ ਇਹ ਗੱਲ ਸੁਣ ਤੁਸੀਂ ਗੱਡੀ 'ਚ ਲੋਡ ਕੀਤਾ ਝੋਨਾ ਹੈ ਅਸੀਂ ਪੁੱਛਦੇ ਹਾਂ ਵੀ ਇਹ ਸਰਕਾਰੀ ਪ੍ਰਾਈਵੇਟ ਤੁਸੀਂ ਕਹਿੰਦੇ ਸਰਕਾਰੀ ਆ ਜੇ ਸਰਕਾਰੀ ਆ ਤੇ 1819 ਨੂੰ ਕਿਵੇਂ ਲੱਭਿਆ ਹੈ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਆੜਤੀਆਂ ਜਾਂ ਸੈਲਰਾਂ ਵਾਲਿਆਂ ਨੂੰ ਜਾਂ ਸਰਕਾਰ ਨੂੰ ਜਾਂ ਸਰਕਾਰ ਨੂੰ ਜਾਂ ਆੜਤੀਆਂ ਨੂੰ ਕਿੱਥੋਂ ਮਿਲੀ ਹੈ ਸਾਰੀ ਕੋਈ ਕਰੋ ਗੱਲ ਇਹ ਕਿਵੇਂ ਝੋਨੇ ਜੇ ਚੱਲਣ ਡਿਆ ਕਹਿੰਦੇ ਸਰਕਾਰੀ ਆ ਇਹ ਨਹੀਂ ਇਹ ਮਾੜੇ ਹਾਲ ਪੋ ਮਾੜਾ ਜਿਹਾ ਲੱਥਣ ਨਹੀਂ ਡਿਆ ਟਰਾਲੀ ਜਿੱਦਾਂ ਅੱਛਾ ਕੁਝ ਨਹੀਂ ਹੋਣ ਡਿਆ ਮਤਲਬ ਪੁੱਛ ਗਏ ਸੀ ਕੋਈ ਨਹੀਂ ਕੋਈ ਪੁੱਛ ਨਹੀਂ ਕੋਈ ਸਾਨੂੰ ਸਾਨੂੰ ਇੱਕ ਕਲੀਅਰ ਕਰੋ ਵੀ ਜ਼ਿਮੀਦਾਰਾਂ ਦੀ ਸਰਕਾਰ ਨੂੰ ਜੱਟਾਂ ਨੂੰ ਮਾਰਨ ਡੇ ਬਸ ਸਭ ਕੁਝ ਸਰਕਾਰ ਨੂੰ ਜਾਣਾ ਤੇ ਫੁੱਦੂ ਜੱਟਾਂ ਨੂੰ ਬਣਾਉਣ ਡੇ ਆ ਕੋਈ 1800 ਨੂੰ ਕੋਈ 1800 ਨੂੰ ਕੋਈ ਮੁੱਕ ਗਿਆ ਸਾਰੇ ਕੰਮ ਹੋਏ ਨੇ ਬਸ ਗੱਲ ਤੇ ਇੰਨੀ ਗੱਲ ਇੰਨੀ ਬਸ ਨਹੀਂ ਹੁਣ ਇਹ ਕਰੀਏ ਵੀ ਆੜਤੀਆਂ ਨੇ ਹੜਤਾਲ ਮੰਡੀਆਂ ਬੰਦ ਕਰਾਈਆਂ ਜਾਂ ਜ਼ਿਮੀਦਾਰਾਂ ਨੇ ਕਿਸਾਨਾਂ ਨੇ ਪਤਾ ਹੀ ਨਹੀਂ ਸਾਨੂੰ ਕਰਨ ਲਾਉਂਦੇ ਆੜਤੀਆਂ ਨੇ ਅੱਜ ਆੜਤੀਆਂ ਨੇ ਕਰਾਈਆਂ ਵਾ ਅੱਜ ਦੋ ਦਿਨ ਸਾਡੀ ਹੜਤਾਲ ਵਾ ਕੱਲ ਵੀ ਨਹੀਂ ਲੈਣੇ ਹੁਣ ਵੇਖੋ ਜੀ ਇਹਦੇ ਵਿੱਚ ਕੀ ਫੈਸਲਾ ਕੋਈ ਲਊਗਾ ਕਦੀ ਸਰਕਾਰ ਕਦੀ ਜ਼ਿਮੀਦਾਰ ਹੜਤਾਲ ਆ ਗਈ ਵੀ ਮਾਲ ਚੁੱਕਦੇ ਨੀ ਹੜਤਾਲ ਆੜਤੀ ਇਹ ਗਾੜੀ ਆ ਗਏ ਆ ਕਹਿੰਦੇ ਜੀ ਲਿਆਓ ਹੀ ਨਾ ਪਰ ਇਹ ਕਿਸਾਨ ਜਾਣ ਤੇ ਜਾਣ ਕਿੱਥੇ ਹੁਣ ਇਹ ਇਹਦੇ ਬਾਰੇ ਕੀ ਕਹੋਗੇ ਮੁੱਖ ਮੰਤਰੀ ਤੁਸੀਂ ਆਪ ਹੀ ਗੱਲ ਕਰੋ ਤੁਸੀਂ ਕੋ ਮੁੱਖ ਮੰਤਰੀ ਨੂੰ ਧਿਆਨ ਦਿਆ ਕਿਸਾਨਾਂ ਨੂੰ ਮਾਰਨ ਦਿਆ ਹੋਰ ਉਹਨੇ ਕੀ ਕਰਨਾ ਉਹਦਾ ਮਰ ਜਾਣੇ ਵੇਖੋ ਜੋ ਗੱਲ ਦੇ ਮਕਾਉਣ ਪਹਿਲੀਆਂ ਸਰਕਾਰਾਂ ਸੀ ਉਦੋਂ ਵੀ ਇਹੋ ਹੀ ਹਾਲ ਸੀ ਹੁਣ ਵੀ ਇਹੋ ਹੀ ਹਾਲ ਹੋ ਗਿਆ ਹੁਣ ਕੋਈ ਜ਼ਿਆਦਾ ਮਾੜਾ ਹੋ ਗਿਆ ਜ਼ਿਆਦਾ ਮਾੜਾ ਕੋਈ ਆੜ ਦੀ ਸਾਨੂੰ ਲਭਾਓ ਕੋਈ ਕੋਈ ਬਾਗ ਕਰਾਓ ਧਾਰੀਵਾਲ ਮੰਡੀ ਦੇ ਵਿੱਚ ਇੱਡੀ ਵੱਡੀ ਮੰਡੀ ਹੈ ਜਿੱਥੇ ਸਾਰੇ ਅਸੀਂ ਘੁੰਮੇ ਆ ਕੋਈ ਇੱਕ ਵੀ ਸਾਨੂੰ ਆੜਤੀਆਂ ਨਹੀਂ ਮਿਲਿਆ ਖੜੋ ਨੂੰ ਜਿੱਦਾਂ ਇੱਕ ਦੂਜੇ ਨੂੰ ਫੋਨ ਕਰਦੇ ਆ ਤੇ ਭੱਜੇ ਤੁਰੇ ਜਾਂਦੇ ਆ ਵੀ ਜਵਾਬ ਨਾ ਦਈਏ ਕੋਈ ਕਹਿੰਦਾ ਕਿਸਾਨਾਂ ਦੇ ਕੀਤੇ ਆ ਹੜਤਾਲ ਕੋਈ ਕਹਿੰਦਾ ਆੜਤੀਆਂ ਕੀਤੀ ਆ ਹੁਣ ਸਾਨੂੰ ਆੜਤੀਆਂ ਮਿਲਦੇ ਆ ਕੋਈ ਗੱਲ ਕਰੀਏ ਸਾਰੀ ਮੰਡੀ ਆਪਾਂ ਘੁੰਮੀਆਂ ਭਾਈਆ ਇਹ ਕਦੋਂ ਆਏ ਤੁਸੀਂ ਤੇ ਕੱਲ ਦੇ ਤੇ ਆਂਦੇ ਕੀ ਹੜਤਾਲ ਲੋਕੀ ਕਹਿੰਦੇ ਆ ਹੜਤਾਲ ਆਂਦੇ ਇਹਨਾਂ ਨੇ ਕੀਤੀ ਆ ਕਿਸੇ ਨੇ ਕੀਤੀ ਆ
ਪਤਾ ਕਿਸੇ ਨੂੰ ਕੱਖ ਨੀ ਇੱਥੇ ਆਉਣ ਡਿਆ, ਲੋਕਾਂ ਨੂੰ ਬੇਕੂ ਬਣਾਇਆ, ਕੀ ਰੇਟ ਕੀ ਲਾਉਣ ਡੇ ਆ? ਰੇਟ ਇੱਥੇ ਕੀ ਬਜਾਇਆ, ਅੱਜ ਲਾਉਣਗੇ ਲੱਗ ਜਾਣਾ ਪਤਾ ਹੁਣ, ਕਿੱਦਾਂ ਉਦਾਂ ਪਤਾ ਲੱਗਣ ਡਿਆ ਮੰਡੀ 'ਚ ਕੀ ਲੱਗਣ ਡਿਆ? ਅੱਗੇ ਅੱਗੇ ਜੇ 21 ਕਿਲੋ ਲਾਉਂਦੇ ਅਸੀਂ, 21 ਕਿਲੋ ਲਾਉਂਦੇ, 200-400 ਰੁਪਏ ਲੋਟਾ ਜੀ ਸਾਰੀ ਇਹਨਾਂ ਨੂੰ, ਪਰ ਝੋਨਾ ਨਾਲ ਲੱਗਦਾ ਚੁੱਕੀ ਦਾ ਜਾਣ ਡਿਆ ਵਾ, ਹੁਣ ਉਹ ਹੋਰ ਕਿਸੇ ਨਾਲ ਗੱਲਬਾਤ ਕਰਾਂਗੇ ਜਦੋਂ ਮੰਡੀ ਵਾਲੇ ਸਾਰੇ ਗਾਇਬ ਹੋ ਚੁੱਕੇ ਆ। ਇਹ ਜੇ ਇਹਨਾਂ ਮੰਡੀ ਵਾਲੇ 'ਚ ਹਿੰਮਤ ਆ ਤੇ ਫਿਰ ਲੋਕ ਗੱਲ ਕਰਨ, ਤੁਹਾਡੀ ਹੜਤਾਲ ਵਾ ਜਾਂ ਕਿਸਾਨਾਂ ਕੀਤੀ ਆ ਜਾਂ ਜ਼ਿਮੀਦਾਰੀ ਝੋਨਾ ਲਿਆਉਂਦੇ। ਇਸ ਕਰਕੇ ਮੁੱਖ ਮੰਤਰੀ ਸਾਹਿਬ ਪਹਿਲੀਆਂ ਸਰਕਾਰਾਂ ਵਾਲੇ ਵੀ ਇਹੋ ਹਾਲ ਹੀ ਤੇ ਐਂਡ ਹੁਣ ਤੁਹਾਡਾ ਵੀ ਇੱਥੇ ਹੀ ਹੋ ਗਿਆ। ਆ ਕੇ ਇਹਨਾਂ ਨਾਲ ਖਿਆਲ ਕਰੋ, ਕਾਹਨੂੰ ਇਹਨਾਂ ਰੋਲਣ ਦੇ? ਜੇ ਵੇਖੋ ਕਤਰਾਂ ਦੇ ਜਿਹੜੇ ਦੋ ਦੋ ਚਾਰ ਚਾਰ ਦਿਨ ਦੇ ਉਹ ਆ ਕੇ ਖਲੋਤੇ ਨੇ ਇੱਥੇ,